ਗੁਰੂ ਸਵਾਰੇ ਖਾਲਸਾ ਸਿੰਘ ਜੀ ਆਪ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਹਫ਼ਤਾਵਾਰੀ ਸ਼ਨਿਚਰਵਾਰ ਦੇ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਸੰਧਰ ਦੇ ਸਮੇਂ ਸਜੇ ਹੋਏ ਦੀਵਾਨ ਅੰਦਰ ਗੁਰਬਾਣੀ ਕੀਰਤਨ ਕਥਾ ਵਿਚਾਰ ਸਰਵਣ ਕਰਕੇ ਭਰ ਰਹੇ ਹੋ। ਸਤਿਗੁਰੂ ਜੀ ਰਹਿਮਤਾ ਕਰਨ ਦਰਿ ਆਇਆ ਸਤਿੰਦਰ ਹਾਜ਼ਰੀ ਪ੍ਰਵਾਨ ਕਰਨ ਗੁਰੂ ਪਿਆਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਗੁਰੂ ਘਰ ਵਿਖੇ ਆ ਕੇ ਸੇਵਾ ਕਰ ਰਹੇ ਨੇ। ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਗੁਰਮੁਖ ਪਿਆਰਿਆਂ ਦੀ ਕੀਤੀ ਜਾ ਰਹੀ ਸੇਵਾ ਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਆ ਹੁਣ ਸਗੋਂ ਹੋਇਆ ਕਿ ਆਪਾਂ 550 ਸਾਲਾਂ ਆਗਮਨ ਪੁਰਬ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਸਮਰਪਿਤ ਹੋ ਕੇ ਰੋਜ਼ਾਨਾ ਹੀ ਸ਼ਾਮਾਂ ਦੇ ਦੀਵਾਨਾਂ ਵਿੱਚ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਦੇ ਆ ਰਹੇ ਹਨ। ਕੱਲ੍ਹ ਦੇ ਦੀਵਾਨ ਦੀ ਇੱਕ ਹਾਜ਼ਰੀ ਹੈ ਔਰ ਪਰਸੋਂ ਸਵੇਰੇ ਅਸਾਂ ਨੇ ਵਾਪਸ ਬੀਸੀ ਨੂੰ ਮੁੜ ਜਾਣਾ ਹੈ। ਇਸ ਲਈ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਵਿੱਚੋਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਏ ਹਾਂ। ਫਿਰ ਗੁਰਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ, ਜ਼ਿੰਦਗੀ ਰਹੀ, ਇੱਥੋਂ ਦਾ ਅੰਦਰ ਹੋਇਆ ਅਤੇ ਤੁਹਾਡੇ ਦਰਸ਼ਨ ਦਾਰੇ ਕਰਨ ਦੀ ਆਸ ਅਤੇ ਉਮੀਦ ਲੈ ਕੇ ਅਸਾਂ ਵਾਪਸ ਮੁੜਨਾ। ਇਸ ਲਈ ਤੁਹਾਡਾ ਸ਼ੁਕਰ ਗੁਜ਼ਾਰ ਧੰਨਵਾਦੀ ਹਾਂ ਕਿ ਤੁਸੀਂ ਇੱਕ ਮਹੀਨੇ ਤੋਂ ਬੜਾ ਪਿਆਰ ਬਖਸ਼ਿਸ਼ ਕੀਤਾ ਹੈ, ਵਿਸ਼ੇਸ਼ ਤੌਰ 'ਤੇ ਅਚੇਚੇ ਤੌਰ 'ਤੇ ਸ਼ਾਮਾਂ ਦੇ ਦੀਵਾਨ ਵਿੱਚ ਪਹੁੰਚ ਕੇ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਸਰਵਣ ਕਰਦੇ ਆ ਰਹੇ ਹੋ। ਆਓ ਕੱਲ੍ਹ ਦੇ ਦੀਵਾਨ ਵਿੱਚ ਜਿੱਥੋਂ ਤੱਕ ਇਤਿਹਾਸ ਵਿਚਾਰਿਆ ਸੀ ਉਸ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਨ ਦਿਆਂ ਔਰ ਤੋਰਨ ਦੇ ਲਈ ਫਤਿਹ ਨਾਲ ਆਗਿਆ ਚਾਹਾਂਗੇ। ਜਿਤਨੀਆਂ ਸੰਗਤਾਂ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਨੇ ਜਿੱਥੋਂ ਤੱਕ ਆਵਾਜ਼ ਪਹੁੰਚ ਰਹੀ ਹੈ, ਫਤਿਹ ਪ੍ਰਵਾਨ ਕਰਕੇ ਸਾਨੂੰ ਗੁਰੂ ਇਤਿਹਾਸ ਢਾਡੀ ਵਾਰ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਪਿਆਰ ਸਤਿ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇੱਥੋਂ ਤੱਕ ਇਤਿਹਾਸ ਨਾਲ ਸਾਂਝਾ ਪਾਈਆਂ ਸਨ। ਸਿਆਲਕੋਟ ਦੇ ਵਿੱਚ ਰਹਿਣ ਵਾਲਾ ਪੀਰ ਹਮਜਾ ਗੌਸ ਔਰ ਇਸ ਸਿਆਲਕੋਟ ਦੇ ਵਾਸੀ ਸੇਠ ਤੇ ਸਠਾਣੀ ਦਾ ਆਪਸ ਵਿੱਚ ਹੀ ਵਾਦ ਵਿਵਾਦ ਹੋਇਆ, ਝਗੜਾ ਹੋਇਆ। ਝਗੜਾ ਹੈ ਮਨ ਦੇ ਸੰਕਲਪ ਦਾ, ਮਨ ਦੇ ਫੁਰਨਿਆਂ ਦਾ ਔਰ ਮਨੋ ਮਨੀ ਜੋ ਉਹਨਾਂ ਨੇ ਆਪਸ ਵਿੱਚ ਹੀ ਆਪਣੇ ਆਪ ਫੈਸਲੇ ਲਏ ਹੋਏ ਨੇ ਔਰ ਉਹਨਾਂ ਲਿਆ ਹੋਇਆ ਫੈਸਲਿਆਂ ਦਾ ਹੀ ਇਹ ਵਾਦ ਵਿਵਾਦ ਹੈ, ਝਗੜਾ ਹੈ। ਪੀਰ ਹਮਜਾ ਗੌਸ ਉਹ ਇਸ ਗੱਲ ਤੇ ਅੜਿਆ ਹੋਇਆ ਹੈ ਕਿ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤਿੰਨਾਂ ਪੁੱਤਾਂ ਵਿੱਚੋਂ ਇੱਕ ਪੁੱਤ ਜਿਹੜਾ ਹੈ ਉਹ ਮੇਰੀ ਤੁਸੀਂ ਝੋਲੀ ਪਾਓਗੇ, ਮੈਂ ਉਹਨੂੰ ਆਪਣਾ ਮਤਵੰਨਾ ਬਣਾਵਾਂਗਾ, ਮੈਂ ਉਹਨੂੰ ਆਪਣਾ ਚੇਲਾ ਬਣਾਵਾਂਗਾ ਔਰ ਉਸ ਨੂੰ ਇਸ ਗੱਦੀ ਦਾ ਵਾਰਸ ਬਣਾਵਾਂਗਾ। ਔਰ ਸੇਠ ਤੇ ਸਠਾਣੀ ਉਹ ਇਹ ਗੱਲ ਸੋਚ ਵਿਚਾਰ ਰਹੇ ਨੇ ਕਿ ਸਮੇਂ ਦੇ ਰਿਵਾਜ ਮੁਤਾਬਕ ਪੀਰ ਜੀ ਹੋਰਾਂ ਨੇ ਆਖਿਆ ਜ਼ਰੂਰ ਹੈ, ਉਹਨਾਂ ਕੋਲ ਚੇਲਿਆਂ ਤੇ ਮਰੀਦਾਂ ਦੀ ਕਿਹੜੀ ਘੁਟਾਹਟ ਹੈ ਔਰ ਰਿਵਾਜ ਮੁਤਾਬਕ ਉਹ ਪੁੱਤਰ ਦਾ ਮੁੱਲ ਪਾਉਣਗੇ, ਅਸੀਂ ਉਹ ਜਿੰਨਾ ਮੁੱਲ ਪਾਉਣਗੇ ਉਹਦੇ ਨਾਲੋਂ ਕੁਝ ਜ਼ਿਆਦਾ ਹੀ ਉਹਨਾਂ ਨੂੰ ਧਨ ਦੌਲਤ ਦੇ ਕੇ ਇਹ ਆਪਣੀ ਸੁਖਣਾ ਪੂਰੀ ਕਰ ਲਾਂਗੇ ਔਰ ਪੀਰ ਜੀ ਹੋਇਆਂ ਨੂੰ ਮਾਇਆ ਦੇ ਦਿਆਂਗੇ ਤੇ ਅਸੀਂ ਆਪਣੇ ਪੁੱਤ ਨੂੰ ਵਾਪਸ ਆਪਣੇ ਘਰ ਲੈ ਆਵਾਂਗੇ। ਇਹ ਵਾਦ ਵਿਵਾਦ ਇਹ ਝਗੜਾ ਇੱਥੋਂ ਤੱਕ ਵੱਧ ਗਿਆ ਕਿ ਜਦੋਂ ਸੇਠ ਤੇ ਸਠਾਣੀ ਨੇ ਪੀਰ ਜੀ ਨੂੰ ਮੁੱਕਦੀ ਗੱਲ ਇਹ ਆਖੀ ਹੈ ਕਿ ਜੀ ਤੁਸੀਂ ਇਹਦਾ ਮੁੱਲ ਪਾਓ ਤੇ ਅਸੀਂ ਤੁਹਾਨੂੰ ਮੁੱਲ ਤਾਰ ਦਿੰਦੇ ਹਾਂ, ਤੇ ਬਾਕੀ ਕਦੇ ਅੱਜ ਤੱਕ ਸੁਣੀਏ ਕਿ ਇਸ ਤਰੀਕੇ ਨਾਲ ਕੋਈ ਕਿਸੇ ਨੂੰ ਪੁੱਤ ਚੜਾਵੇ ਔਰ ਪੁੱਤਾਂ ਦਾ ਸੁੱਖ ਤੇ ਮਾਂ ਬਾਪ ਹੀ ਲੈਣਾ ਚਾਹੁੰਦੇ ਨੇ ਔਰ ਮਾਪਿਆਂ ਤੋਂ ਬਗੈਰ ਪੁੱਤ ਨਹੀਂ ਲੈਂਦਾ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਮੈਂ ਇੱਥੇ ਇੱਕ ਗੱਲ ਹੋਰ ਸਪਸ਼ਟ ਕਰਦੇ ਹਾਂ, ਇਹ ਡੇਰਾ ਜਿਹੜਾ ਹੈ ਇਹ ਗੱਦੀ ਜਿਹੜੀ ਹੈ
इलाके विच इहदी बड़ी मानता है, लोग इत्थे आण के अपनी श्रद्धा का प्रगटावा करदे ने, कोई शक नहीं। शहर सेठ इस गद्दी उत्ते अपना पुत चढ़ा भी देता, पर इत्थे फर्क पै गया मजहब का, इत्थे फर्क पै गया धर्म का, और वह हिंदू मत नाल संबंधित सेठ है। ये गद्दी जिहड़ी है इस्लामी मत नाल संबंधित है, और इस करके सेठ जिहड़ा है पुत्र देने तो इनकारी कर बैठा। वचन जरूर किया लेकिन यह हुण मुकर गए, और इसने पीर हमजा बोस की एक ना सुनी। ते जदों पीर दे कोलों ये अपने पुत्तां नूं लै के जा रहा सी, ते पीर हमजा बोस गुस्से विच आया, वह अपने चेलियां दे सामने यह डर के बैठा कि जे पीर पुत देने जाणदा ते पीर पुत वापस लैने भी जाणदा, ये एक देण नूं तैयार नहीं, मैं तिन्ने ही नहीं लवांगा, इहदे नाल मेरी ईरखा भी अग शांत नहीं होण वाली। ਇਹ ਝੂਠਿਆਂ ਦਾ ਸ਼ਹਿਰ ਹੈ, ਇੱਥੇ ਝੂਠੇ ਵਸਦੇ ਨੇ, ਤੇ ਝੂਠਿਆਂ ਨੂੰ ਇਸ ਦੁਨੀਆਂ ਵਿੱਚ ਵਸਣ ਦਾ ਕੋਈ ਹੱਕ ਅਧਿਕਾਰ ਨਹੀਂ, ਔਰ ਹੁਣ ਇਹ ਵੀ ਸਜ਼ਾ ਦੇਣੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਦਿੱਤੀ ਜਾਏਗੀ। 40 ਦਿਨ ਦਾ ਸਮਾਂ ਹੈ, ਔਰ 40 ਦਿਨਾਂ ਤੋਂ ਬਾਅਦ ਇਹ ਧਰਤੀ ਉੱਤੇ ਸਿਆਲਕੋਟ ਸ਼ਹਿਰ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੋਵੇਗਾ, ਔਰ ਇਹ ਸਿਆਲਕੋਟ ਸ਼ਹਿਰ ਜਿਹੜਾ ਹੈ ਖੜਾ ਖਲੋਤਾ ਹੋਇਆ ਫਰਕ ਕਰ ਦਿਆ। ਔਰ ਪੀਰ ਹਮਜਾ ਬੋਸ ਨੇ ਉਸੇ ਵਕਤ ਆਪਣੇ ਮਰੀਦਾਂ ਨੂੰ ਆਖਿਆ ਕਿ ਮੈਂ 40 ਦਿਨ ਚਾਲੀਸਾ ਕੱਟਣਾ, ਤੇ ਆਹ ਜਿਹੜਾ ਹੁਸਰਾ ਹੈ, ਇਹ ਜਿਹੜਾ ਮੱਠ ਹੈ, ਇਹਦੇ ਅੰਦਰ ਕਿਸੇ ਪਾਸੋਂ ਰੋਸ਼ਨੀ ਨਹੀਂ ਆਉਣੀ ਚਾਹੀਦੀ, ਦਰਵਾਜ਼ੇ ਬੰਦ ਕਰ ਦੇਣੇ, ਅੰਦਰ ਪਰਦਾ ਲਾ ਦੇਣਾ ਹੈ, ਔਰ 40 ਦਿਨ ਦਾ ਇੰਤਜ਼ਾਮ ਜਿਹੜਾ ਹੈ, ਔਰ ਮੈਂ ਜੋ ਕੁਝ ਖਾਣਾ ਪੀਣਾ ਹੈ ਉਹ ਅੰਦਰ ਰੱਖ ਦਿੱਤਾ ਜਾਏ। ਤੇ ਇੱਕ ਹਦਾਇਤ ਕੀਤੀ ਗਈ ਆਪਣੇ ਮਰੀਦਾਂ ਨੂੰ, ਉਹ ਕਿਹੜੀ, ਕਿ ਮੇਰੇ ਹੁਜਰੇ ਕੋਲ, ਮੇਰੇ ਇਸ ਮਠ ਦੇ ਕੋਲ ਕੋਈ ਉੱਚੀ ਆਵਾਜ਼ ਨਹੀਂ ਹੋਣੀ ਚਾਹੀਦੀ, ਮੈਨੂੰ ਕੋਈ ਬੁਲਾਵੇ ਨਾ, ਮੈਨੂੰ ਕੋਈ ਆਵਾਜ਼ ਨਾ ਦੇਵੇ, ਤੇ ਮੈਨੂੰ ਕੋਈ ਸੂਰਜ ਦੀ ਰੋਸ਼ਨੀ ਨਾ ਵੇਖਣ ਨੂੰ ਮਿਲੇ। 40 ਦਿਨ ਦਾ ਕਲੀਸਾ ਕੱਟਾਂਗਾ, ਔਰ 40ਵੇਂ ਦਿਨ ਇਹ ਸ਼ਹਿਰ ਗਰਕ ਹੋਵੇਗਾ। ਗੱਲ ਇਹ ਕਰੋ ਕਮੀ ਸ਼ਹਿਰ ਅੰਦਰ ਪਹੁੰਚ ਗਈ, ਸ਼ਹਿਰ ਦੇ ਵਾਸੀ ਜਿਹੜੇ ਇਸ ਗੱਲ ਤੇ ਚਿੰਤਾਜਨਕ ਹੋਏ, ਫਿਕਰਮੰਦ ਹੋਏ, ਪੀਰ ਕੋਲ ਆਣ ਕੇ ਤਰਲੇ ਲਏ ਕਿ ਪੀਰ ਜੀ, ਜਿਹਨੇ ਗੁਨਾਹ ਕੀਤਾ ਹੈ ਬਹੁਤੀ ਗੱਲ ਹੈ, ਉਹਨੂੰ ਸਜ਼ਾ ਤਾਂ ਦਿਓ, ਜਿਹਨੇ ਗੁਨਾਹ ਕੀਤਾ ਜਿਹੜਾ ਮੁਕਰਿਆ ਹੈ, ਔਰ ਉਹਨੂੰ ਸਜ਼ਾ ਬਣਦੀ ਹੈ, ਉਹਨੂੰ ਸਜ਼ਾ ਦਿਓ, ਪਰ ਸਾਡਾ ਕੀ ਕਸੂਰ ਹੈ, ਬਾਕੀ ਸ਼ਹਿਰ ਵਾਸੀਆਂ ਨੂੰ ਤੁਸੀਂ ਕਿਉਂ ਸਜ਼ਾ ਦੇ ਰਹੇ ਹੋ। ਪਰ ਪੀਰ ਜਿਹੜਾ ਹਿਰਖਿਆ ਹੋਇਆ ਇਸ ਲਈ ਕਿ ਸ਼ਹਿਰ ਵਾਸੀਆਂ ਦੀ ਗੱਲ ਸੁਣ ਲਈ, ਪਿਆਰ ਨਹੀਂ, ਆਖਣ ਲੱਗਾ ਮੈਨੂੰ ਕਿਸੇ ਨੂੰ ਕਿਸੇ ਦੀ ਕੋਈ ਸਲਾਹ ਦੀ ਲੋੜ ਨਹੀਂ, ਕੋਈ ਮੈਨੂੰ ਸਲਾਹ ਨਾ ਦੇਵੇ, ਕੀ ਕਰਨਾ ਕੀ ਨਹੀਂ ਕਰਨਾ ਉਹ ਮੈਂ ਜਾਣਦਾ, ਔਰ ਜੀ ਉਜ਼ਾਰ ਪਿਆਰੀ ਇਹ ਸ਼ਹਿਰ ਛੱਡ ਕੇ ਚਲੇ ਜਾਓ। ਬਸ ਇੱਕੋ ਇੱਕ ਰਸਤਾ ਹੈ ਤੁਹਾਡੇ ਬਚਾਓ ਦਾ, ਕਿ ਸ਼ਹਿਰ ਛੱਡ ਦਿਓਗੇ 40 ਦਿਨਾਂ ਵਿੱਚ ਤੇ ਤੁਹਾਡਾ ਬਚਾਅ ਹੋ ਜਾਏਗਾ, ਤੇ ਜਿਹੜਾ ਇਸ ਸ਼ਹਿਰ ਵਿੱਚ ਵਸਣ ਵਾਲਾ ਹੈ ਉਹ ਇੱਥੇ ਨਜ਼ਰ ਨਹੀਂ ਆਏਗਾ। ਲਓ ਜੀ, ਪੀਰ ਨੇ ਹੁਜਰੇ ਵਿੱਚ ਜਾ ਡੇਰਾ ਲਾਇਆ ਤੇ ਆਪਣੇ ਚੇਲਿਆਂ ਨੂੰ 27 ਨਾਲ ਪਹਿਰਾ ਦੇਣ ਲਈ ਆਖ ਦਿੱਤਾ ਕਿ ਕੋਈ ਇਸ ਹੁਜਰੇ ਦੇ ਨਜ਼ਦੀਕ ਧੁੱਕੇ ਨਾ, ਮੈਨੂੰ ਕੋਈ ਆਵਾਜ਼ ਨਾ ਦੇਵੇ। ਤੇ ਇਹਦੇ ਜਗਤ ਗੁਰੂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਨਵਤਾ ਮਨੁੱਖਤਾ ਦਾ ਦਰਦ ਰੱਖਣ ਵਾਲੇ, ਔਰ ਮਾਨਵਤਾ ਮਨੁੱਖਤਾ ਦੇ ਉਸ ਦਰਦ ਦੀ ਪੀੜਾ ਨੂੰ ਮਹਿਸੂਸ ਕਰਨ ਵਾਲੇ ਹਜ਼ੂਰ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਨਾਲ ਸਿਆਲਕੋਟ ਤੋਂ ਬਾਹਰ ਬਾਹਰ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੇਰ ਸਾਹਿਬ ਹੈ, ਯਾਦ ਰਹੇ ਇੱਕ ਗੁਰਦੁਆਰਾ ਬੇਰ ਸਾਹਿਬ ਹੈ ਸੁਲਤਾਨਪੁਰ ਲੋਧੀ ਦੀ ਧਰਤੀ ਉੱਤੇ, ਵੇਈ ਨਦੀ ਦੇ ਕੰਢੇ ਉੱਤੇ, ਔਰ ਉਹ ਗੁਰਦੁਆਰਾ ਬੇਰ ਸਾਹਿਬ ਜਿੱਥੇ 550 ਸਾਲਾਂ ਭਾਰਤ ਵਾਸੀਆਂ ਨੇ ਔਰ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਨੇ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਆਗਮਨ ਪੁਰਬ ਨਵੰਬਰ ਦੇ ਮਹੀਨੇ ਵਿੱਚ ਮਨਾਉਣੇ, ਔਰ ਨਨਕਾਣਾ ਸਾਹਿਬ ਗੁਰੂ ਪਾਤਸ਼ਾਹ ਜੀ ਦਾ ਜਿੱਥੇ ਪਾਵਨ ਪਵਿੱਤਰ ਸਥਾਨ ਹੈ, ਔਰ ਉਸ ਸਥਾਨ ਉੱਤੇ ਵੀ ਸਿੱਖ ਸੰਗਤਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਤੋਂ ਜਾ ਕੇ ਪਾਕਿਸਤਾਨ ਦੀ ਧਰਤੀ ਉੱਤੇ ਵੀ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਕਹਿਣ ਤੋਂ ਭਾਵ ਕਿ ਇਹ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਦੀ ਲੋਧੀ
ਤੇ ਦੂਸਰਾ ਇਹ ਗੁਰਦੁਆਰਾ ਸਾਹਿਬ ਹੈ ਬੇਲ ਸਾਹਿਬ ਸਿਆਲਕੋਟ ਸ਼ਹਿਰ ਤੋਂ ਬਾਹਰ, ਔਰ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਣ ਕੇ ਰੁਕਣਾ ਕੀਤਾ। ਖਬਰ ਮਿਲੀ ਹੈ ਸਿਆਲਕੋਟ ਦੇ ਵਾਸੀਆਂ ਨੂੰ ਤੇ ਸਿਆਲਕੋਟ ਦੇ ਵਾਸੀ ਧਾਈ ਦੇ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਮਹਾਰਾਜ ਜੀ ਨੂੰ ਪੀਰ ਹਮਜਾ ਗੌਸ ਦੇ ਗੁੱਸੇ ਦੀ ਗੱਲ ਦੱਸੀ ਹੈ ਕਿ ਪੀਰ ਹਮਜਾ ਗੌਸ ਗੁੱਸੇ ਵਿੱਚ ਆ ਕੇ ਆਪਣੇ ਹੁਜਰੇ ਵਿੱਚ ਚਾਲੀਸਾ ਪੜਨ ਵਾਸਤੇ ਚਲਾ ਗਿਆ, ਔਰ ਇਹ ਚਾਲੀਸਾ ਕੋਈ ਮਾਨਵਤਾ ਮਨੁੱਖਤਾ ਦੇ ਭਲੇ ਵਾਸਤੇ ਨਹੀਂ ਸਗੋਂ ਸਿਆਲਕੋਟ ਸ਼ਹਿਰ ਨੂੰ ਗਰਵ ਕਰਨ ਵਾਸਤੇ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਭੈਟੇ ਰਹੀ ਹੋ ਕੇ ਸਿਆਲਕੋਟ ਵਾਸੀ ਤਰਲੇ ਲੈ ਰਹੇ ਹੈ ਕਿ ਬਾਬਾ ਤੇਰੇ ਤੋਂ ਸਿਵਾਏ ਕੋਈ ਹੋਰ ਨਹੀਂ ਬਚਾ ਸਕਦਾ ਤੇ ਤੁਸੀਂ ਹੀ ਬਚਾ ਸਕਦੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਹਿਮਤ ਦੇ ਘਰ ਆ ਕੇ ਸਿਆਲਕੋਟ ਵਾਸੀਆਂ ਨੂੰ ਦਿਲਾਸਾ ਦਿੰਦੇ ਹੋਏ ਭਾਈ ਮਰਦਾਨਾ ਜੀ ਨੂੰ ਕੀ ਕਹਿ ਰਹੇ ਨੇ ਕਿ ਮਰਦਾਨਾ ਜੀ ਚਾਹ ਜਾ ਕੇ ਪੀਰ ਹਮਜਾ ਗੌਸ ਨੂੰ ਉਸ ਮੇਰੇ ਨਿਰੰਕਾਰ ਦਾ ਉਸ ਕਰਤਾਰ ਦਾ ਜਿਹੜਾ ਸੰਦੇਸ਼ ਹੈ ਉਹ ਪੀਰ ਹਮਜਾ ਗੌਸ ਤੱਕ ਪਹੁੰਚਾਓ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕੁਝ ਸਮਝਾ ਕੇ ਪੀਰ ਹਮਜਾ ਗੌਸ ਵੱਲ ਕਿਉਂ ਭੇਜ ਰਹੇ ਨੇ।